गुरदासपुर के पिंड कोट मजलिस विच एक व्यक्ति हरदीप सिंह 38 साल की मौत शक्की हालातों दौरान हो गई। मृतक का परिवार इस मौत को नाजायज संबंधा दौरान हत्या दस रहा है। दूजे पासे थाना किला लाल सिंह ने इस मामले विच मृतक के परिवारक मैंबरां दे बयानां ते मृतक की प्रेमिका बलबीर कौर के खिलाफ मामला दर्ज कर लिया है। ਕੀ ਨਾਮ ਭਾਜੀ ਤੁਹਾਡਾ? ਮੇਰਾ ਨਾਮ ਹਰਪਾਲ ਸਿੰਘ ਆ ਭਾਜੀ। ਕਿਹੜੇ ਪਿੰਡ ਦੇ ਰਹਿਣ ਵਾਲੇ? ਪਿੰਡ ਕੋਟ ਮਜਲਸ। ਤੇ ਅੱਜ ਕਿੰਨਾ ਦੀ ਡੈਥ ਹੋਈ ਹੈ? ਮੇਰੇ ਵੱਡੇ ਬ੍ਰਦਰ ਹੀ ਹਰਦੀਪ ਸਿੰਘ। ਹਾਂਜੀ, ਉਹਨਾਂ ਦੀ ਡੈਥ ਹੋਈ ਆ। ਉਹ ਕਿੱਦਾਂ ਹੋਈ ਹੈ? ਸਰ ਸਾਡੇ ਸਰੀਕੇ ਜੋ ਚਾਚੀ ਆ ਸਾਡੀ ਲੱਗਦੀ, ਉਹਦੀ ਬਲਵੀਰ ਕੌਰ। ਕੀ ਨਾਮ ਉਹਦਾ? ਬਲਵੀਰ ਕੌਰ ਆ। ਹਾਂ, ਉਰਫ ਵੀਰੀ ਵੀਰੀ ਕਹਿੰਦੇ ਉਹਨੂੰ। ਹਾਂ, ਤੇ ਉਹਦੇ ਨਜਾਇਜ਼ ਸੰਬੰਧ ਹੀ ਇਹਦੇ ਨਾਲ। ਹਾਂ, ਉਹ ਆਪਣੇ ਘਰ ਹੀ ਉਹਨੂੰ ਰੱਖਦੀ, ਹੋਰ ਕਿਸੇ ਨਾਲ ਨਹੀਂ ਕਰਨ ਦਿੰਦੀ ਮੇਲ ਮਿਲਾਪ ਵੀ। ਹਾਂ, ਕਿਸ ਨਾਲ ਨਹੀਂ, ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਨਹੀਂ ਕਰਨ ਦਿੰਦੀ। ਕਿੰਨੀ ਦੇਰ ਤੋਂ? ਹਾਂਜੀ, ਕਿੰਨੀ ਦੇਰ ਸਰ? ਕੋਈ ਉਹਨਾਂ ਦੇ 2 ਸਾਲ ਤੋਂ। ਅੱਛਾ, 2-3 ਸਾਲ ਤੋਂ ਚੱਲਦੇ। ਉਹ ਸਰ ਉਹਦੀ ਘਰ ਵਾਲੀ ਨਾਲ ਵੀ ਮਾਰ ਕਟਾਈ ਕਰਾਉਂਦੀ ਸੀ ਆਣ ਕੇ, ਤੇ ਕੱਲ੍ਹ ਵੀ ਉਹਦੇ ਕੋਲ ਹੀ ਗਿਆ। ਉਹਨੇ ਆਪਣੇ ਕੋਲੋਂ ਦਵਾਈ ਦਿੱਤੀ ਆ, ਉਹਦੇ ਘਰੋਂ ਖਾ ਕੇ ਆਇਆ ਵਾ ਆਣ ਕੇ, ਤੇ ਦੱਸਿਆ ਸਾਨੂੰ ਕਿ ਮੈਂ ਖਾ ਲਈ ਆ ਦਵਾਈ, ਤੇ ਕੁਝ ਹੱਥ ਸੀ ਉਹ ਅਸੀਂ ਖੋਹ ਕੇ ਸੁੱਟੀ ਆ ਦਵਾਈ, ਤੇ ਗੱਡੀ 'ਚ ਪਾ ਕੇ ਸ਼ਹਿਰ ਲਿਆਂਦਾ ਵਾ। ਇੱਥੇ ਆ ਕੇ ਉਹਦੀ ਡੈਥ ਹੋ ਗਈ ਆ, ਜਿਹੜੀ ਖਾ ਕੇ ਆਇਆ ਸਲਫਾਸ ਉਹਦੇ ਘਰੋਂ ਖਾ ਕੇ ਆਇਆ। ਉਹਦੇ ਘਰੋਂ ਖਾ ਕੇ? ਹਾਂਜੀ। ਕਿੰਨੇ ਬੱਚੇ ਇਹਨਾਂ ਦੇ? ਇਹ ਸਰ 2 ਬੇਟੇ ਇਹਦੇ। ਕਿੰਨੇ ਸਾਲ ਦੇ? ਸਰ ਇੱਕ ਹੈਗਾ ਆ 14 ਸਾਲ ਦਾ, ਤੇ ਇੱਕ 15 ਸਾਲਾਂ 16 ਦਾ। ਤੇ ਕਾਰੋਬਾਰ ਕੀ ਹੈਗਾ ਇਹਨਾਂ ਦਾ? ਸਰ ਖੇਤੀਬਾੜੀ ਦਾ ਹੀ ਕਾਰੋਬਾਰ ਕਰਦੇ, ਨਾਲ ਗੱਡੀ ਰੱਖੀ ਟੈਕਸੀ ਉਹ ਚਲਾਉਂਦੇ। ਤੇ ਜਿਹੜੇ ਉਹ ਲੇਡੀਜ਼ ਦਾ ਨਾਮ ਵੀ ਲੈ ਰਹੇ ਹੋ, ਕੁਲਵੀਰ ਕੌਰ ਦਾ? ਬਲਵੀਰ ਕੌਰ। ਬਲਵੀਰ ਕੌਰ ਦਾ? ਹਾਂਜੀ। ਉਹ ਮੈਰਿਡ ਹੈਗਾ ਨਾ? ਮੈਰਿਡ ਸਰ ਮੈਰਿਡ ਆ, ਉਹਨਾਂ ਦੀਆਂ 2 ਬੇਟੀਆਂ ਵਿਆਹੀਆਂ ਵਾ ਉਹਦੀਆਂ, ਇੱਕ ਬੇਟਾ ਆ ਤੇ ਇੱਕ ਛੋਟੀ ਬੇਟੀ ਆ। ਉਹ ਕਿਤੋਂ ਨੇ? ਹਾਂਜੀ, ਥਾਣੇ ਕੀਤੀ ਕੰਪਲੇਂਟ ਦੀ? ਹਾਂਜੀ ਸਰ, SHO ਸਾਹਿਬ ਨੂੰ ਕੰਪਲੇਂਟ ਕੀਤੀ ਹੋਈ। ਕਿਹੜੇ ਥਾਣੇ? ਕਿਲਾ ਲਾਲ ਸਿੰਘ। ਕਿੰਨੇ ਕੁ ਵਜੇ ਦੀ ਘਟਨਾ? ਇਹ ਸਰ ਕੱਲ੍ਹ ਕੋਈ ਸ਼ਾਮੀ 7 ਵਜੇ ਦਵਾਈ ਖਾਧੀ ਆ ਨਾ, ਜਿਹੜੀ ਉੱਥੋਂ ਖਾ ਕੇ ਆਇਆ ਨਾ, 7 ਵਜੇ ਅਸੀਂ ਖੋ ਕੇ ਸੁੱਟੀ ਜਿਹੜੀ। ਸਵੇਰੇ 6 ਵਜੇ ਡੈਥ ਹੋ ਗਈ? ਹਾਂਜੀ, ਅਤੇ ਸਵੇਰੇ 6 ਵਜੇ ਡੈਥ ਹੋ ਗਈ। ਇੱਥੇ ਕੱਲ੍ਹ ਲੈ ਗਿਆ ਇਹ ਵੀ ਪਹਿਲਾਂ? ਹਾਂਜੀ। ਕੱਲ੍ਹ ਇੱਥੇ ਲਿਆਂਦਾ? ਨਹੀਂ ਨਹੀਂ ਸਰ, ਉੱਥੇ ਖੜਿਆ ਹੋਸਪਿਟਲ ਸਾਰੇ ਬੰਦ ਸੀ, 7 ਸਾਰ ਖੜਿਆ, ਫਿਰ ਅੰਮ੍ਰਿਤਸਰ ਰੈਫਰ ਕਰਤਾ ਉਹਨਾਂ। ਡੈਥ ਅੰਮ੍ਰਿਤਸਰ ਹੋਈ? ਹਾਂਜੀ ਸਰ, ਅੰਮ੍ਰਿਤਸਰ ਹੋਈ। ਉਹਦੇ ਘਰ ਵਾਲਿਆਂ ਨੂੰ ਪਤਾ ਸਰ? ਉਹਦੀ ਬਿਲਕੁਲ ਹੋਸ਼, ਉਹਦੀ ਸਭ ਹੀ ਰਜਾਬੰਦੀ ਨਾਲ ਕੰਮ ਹੁੰਦਾ, ਉਹ ਨਾਲ ਕਰਵਾਉਂਦਾ, ਖੁਦ ਆਪਣੀ ਘਰ ਵਾਲੀ ਨੂੰ ਇਹਦੇ ਘਰ ਭੇਜਦਾ ਹੁੰਦਾ ਸੀ। ਇਹ ਪਿੰਡ ਕੋਟਮਲਸ ਦੀ ਗੱਲ ਆ ਜੀ। ਹਰਦੀਪ ਸਿੰਘ ਦਾ ਆਪਣੀ ਗੁਆਂਢ ਨਾਲ ਬਲਬੀਰ ਕੌਰ ਨਾਲ ਲਵ ਫਿਰ ਚੱਲਦਾ ਸੀ, ਘਰ ਵਾਲੀ ਨੂੰ ਪਤਾ ਲੱਗ ਗਿਆ, ਉਹਨੇ ਜਾਣਾ ਬੰਦ ਕਰਤਾ, ਅਤੇ ਗੁਆਂਢ ਨੇ ਧਮਕੀਆਂ ਸ਼ੁਰੂ ਕਰਤੀਆਂ। ਧਮਕੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕਰ ਲਈ। ਹਾਂਜੀ, ਧਮਕੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕਰ ਲਈ ਆ। ਖਾਲੀ ਜਿਹੜੀ ਜੀ ਟੱਕ? ਨਹੀਂ, ਇਹਨੇ ਕਿੱਦਾਂ ਕੁਛ ਕੀਤੀ ਹੈ? ਜਿਹੜੀ ਜੀ ਖਾਧੀ ਗਈ, ਇਹ ਕੁੜਮਾੜ ਪਾ ਲਾ ਤੂੰ, ਯਾਨੀ ਕਿ ਜ਼ਹਿਰੀਲੀ ਚੀਜ਼ ਖਾਧੀ ਹੈ। ਅਤੇ ਇਹਦੇ ਵਿੱਚ ਤੁਸੀਂ ਕਿਹੜੀ ਮਰਗੀ ਫੈਂਸ ਲਾ ਰਹੇ ਹੋ? 306 IP ਸਿਰ ਮਕਾਨ ਦਾ ਦਰਜ ਕਰਤਾ ਜੀ। ਕਿਹੜੇ ਥਾਣੇ 'ਚ? ਥਾਣਾ ਕਿਲਾ ਲਾਲ ਸਿੰਘ। ਕੋਈ ਤੁਸੀਂ 50 ਸਾਲ ਦੇ ਕਿੰਨੇ? 50 ਸਾਲ ਦੇ। ਹਾਂਜੀ, ਹੁਣ ਇਹਦੀ ਉਮਰ ਕਿੰਨੀ? 42-43 ਸਾਲ। 42-43 ਸਾਲ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋ ਮਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ, ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ
परमजीत सिंह राणा पंजाब 7009807083 अते रघुवीर सिंह आस्ट्रेलिया 04 42 67 59 463।